ਬੇਟਿੰਗ ਫਾਰ ਵੀਜ਼ਾ ਭਾਗ ਦੀ ਚਾਹ ਸਾਲ 1929 ਦੀ ਗੱਲ ਹੈ ਬੰਬਈ ਸਰਕਾਰ ਨੇ ਅਛੂਤਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਮੈਨੂੰ ਉਸ ਕਮੇਟੀ ਦਾ ਇੱਕ ਮੈਂਬਰ ਚੁਣਿਆ ਗਿਆ ਸੀ ਇਸ ਕਮੇਟੀ ਨੂੰ ਪੂਰੇ ਰਾਜ ਦਾ ਭ੍ਰਮਣ ਕਰਕੇ ਅਨਿਆ ਸ਼ੋਸ਼ਣ ਅਤੇ ਅਤਿਆਚਾਰਾਂ ਦੇ ਦੋਸ਼ਾਂ ਦੀ ਜਾਂਚ ਕਰਨੀ ਸੀ ਸੰਮਤੀ ਦੋ ਫਾੜ ਹੋ ਗਈ ਮੈਨੂੰ ਅਤੇ ਇੱਕ ਹੋਰ ਮੈਂਬਰ ਨੂੰ ਖਾਨ ਦੇਸ਼ ਦੇ ਦੋ ਜ਼ਿਲ੍ਹੇ ਦਿੱਤੇ ਗਏ ਮੇਰੇ ਸਾਥੀ ਅਤੇ ਮੈਂ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਇੱਕ ਦੂਜੇ ਨੂੰ ਅਲਵਿਦਾ ਕਿਹਾ ਉਹ ਕਿਸੇ ਹਿੰਦੂ ਸੰਤ ਦੇ ਦਰਸ਼ਨ ਕਰਨ ਚਲਾ ਗਿਆ ਮੈਂ ਟ੍ਰੇਨ ਫੜ ਕੇ ਬੰਬਈ ਲਈ ਰਵਾਨਾ ਹੋ ਗਿਆ 40 ਪਿੰਡਾ ਵਿੱਚ ਮੈਂ ਤੁਲਿਆ ਲਾਈਨ ਦੇ ਪੈਂਡ ਵਾਲੇ ਇੱਕ ਪਿੰਡ ਨੂੰ ਜਾਣ ਲਈ ਉਤਰ ਗਿਆ ਜਿੱਥੇ ਮੈਨੂੰ ਸਮਾਜਿਕ ਬਹਿਸ਼ਕਾਰ ਦੇ ਇੱਕ ਮਾਮਲੇ ਦੀ ਜਾਂਚ ਕਰਨੀ ਸੀ ਜਿਸ ਦੀ ਕੋਸ਼ਨਾ ਸਵਰਨ ਹਿੰਦੂਆਂ ਨੇ ਉਸ ਪਿੰਡ ਦੇ ਅਛੂਤਾਂ ਦੇ ਖਿਲਾਫ ਕੀਤੀ ਸੀ 40 ਪੈਂਡ ਦੇ ਅਛੂਤਾਂ ਨੇ ਸਟੇਸ਼ਨ ਤੇ ਆ ਕੇ ਮੈਨੂੰ ਬੇਨਤੀ ਕੀਤੀ ਕਿ ਮੈਂ ਉਸ ਰਾਤ ਉਹਨਾਂ ਕੋਲ ਰੁਕ ਜਾਵਾਂ ਮੇਰਾ ਇੱਕ ਕਾਰਜਕ੍ਰਮਤਾ ਤੈਅ ਸੀ ਕਿ ਮੈਂ ਸਮਾਜਿਕ ਬਹਿਸ਼ਕਾਰ ਦੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਿੱਧਾ ਬੰਬਈ ਚਲਾ ਜਾਵਾਂਗਾ ਪਰ ਉਹਨਾਂ ਦੇ ਜ਼ੋਰ ਪਾਉਣ ਤੇ ਮੈਂ ਰਾਤ ਨੂੰ ਉੱਥੇ ਹੀ ਰੁਕਣ ਲਈ ਸਹਿਮਤ ਹੋ ਗਿਆ ਮੈਂ ਉਸ ਪੈਂਡ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਅਗਲੀ ਗੱਡੀ ਦੇ 40 ਪੈਂਡ ਵਾਪਸ ਮੋੜਾਇਆ ਸਟੇਸ਼ਨ ਤੇ 40 ਪੈਂਡ ਦੇ ਅਛੂਤ ਮੇਰੇ ਆਉਣ ਦੀ ਉਡੀਕ ਕਰ ਰਹੇ ਸਨ ਉਹਨਾਂ ਨੇ ਮੇਰੇ ਸਵਾਗਤ ਵਿੱਚ ਮੈਨੂੰ ਫੁੱਲਾਂ ਦੇ ਹਾਰ ਪਾਈ ਅਚੂਤਾ ਦੀ ਵਸਤੀ ਮਹਾਰਵਾੜਾ ਰੇਲਵੇ ਸਟੇਸ਼ਨ ਤੋਂ ਲਗਭਗ 2 ਮੀਲ ਦੀ ਦੂਰੀ ਤੇ ਹੈ ਅਤੇ ਉੱਥੇ ਜਾਣ ਦੇ ਲਈ ਇੱਕ ਨਦੀ ਦੇ ਬਣੀ ਪੁਲ ਨੂੰ ਪਾਰ ਕਰਨਾ ਪੈਂਦਾ ਹੈ ਸਟੇਸ਼ਨ ਤੇ ਪਹਾੜੇ ਦੀਆਂ ਕਈ ਗੱਡੀਆਂ ਖੜੀਆਂ ਸਨ ਮਹਾਰਵਾੜਾ ਤੱਕ ਸਟੇਸ਼ਨ ਤੋਂ ਪੈਦਲ ਵੀ ਜਾ ਸਕਦੇ ਸੀ ਉਮੀਦ ਕਰ ਰਿਹਾ ਸੀ ਕਿ ਲੋਕ ਮੈਨੂੰ ਜਲਦੀ ਮਹਾਰਵਾੜਾ ਲੈ ਜਾਣਗੇ ਪਰ ਉਹ ਇਸ ਦਿਸ਼ਾ ਵਿੱਚ ਕੋਈ ਗਤੀਵਿਧੀ ਨਹੀਂ ਕਰ ਰਹੇ ਸਨ ਅਤੇ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਅਤੇ ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਮੈਨੂੰ ਇੰਨੀ ਉਡੀਕ ਕਿਉਂ ਕਰਵਾਈ ਜਾ ਰਹੀ ਹੈ ਲਗਭਗ 1 ਘੰਟੇ ਬਾਅਦ ਮੈਂ ਉਸ ਟਾਂਗੇ ਵਿੱਚ ਬੈਠ ਗਿਆ ਉਸ ਟਾਂਗੇ ਵਿੱਚ ਟਾਂਗਾ ਹੱਕਣ ਵਾਲਾ ਅਤੇ ਮੈਂ ਸਿਰਫ ਦੋ ਹੀ ਵਿਅਕਤੀ ਸਾਂ ਬਾਕੀ ਲੋਕ ਇੱਕ ਛੋਟੇ ਰਾਹ ਤੋਂ ਪੈਦਲ ਹੀ ਨਿਕਲ ਗਏ ਟਾਂਗਾ ਅਜੇ 200 ਕਦਮ ਵੀ ਨਹੀਂ ਗਿਆ ਹੋ ਗਿਆ ਕਿ ਇੱਕ ਮੋਟਰਕਾਰ ਨਾਲ ਟਕਰਾਂਦਾ ਬਾਲ-ਬਾਲ ਬਚਿਆ ਮੈਨੂੰ ਇਸ ਗੱਲ ਤੇ ਹੈਰਾਨੀ ਹੋਈ ਕਿ ਰੋਜ਼ ਪਾੜੇ ਤੇ ਟਾਂਗਾ ਚਟਾਉਣ ਵਾਲਾ ਇਹਨਾਂ ਨਾਲੇ ਕਿਵੇਂ ਹੋ ਸਕਦਾ ਹੈ ਦੁਰਘਟਨਾ ਤਾਂ ਇਸ ਲਈ ਟਲ ਗਈ ਸੀ ਕਿਉਂਕਿ ਪੁਲਿਸ ਵਾਲੇ ਨੇ ਰੌਲਾ ਪਾਉਣ ਨਾਲ ਕਾਰ ਚਾਲਕ ਨੇ ਕਾਰ ਨੂੰ ਪਿੱਛੇ ਹਟਾ ਲਿਆ ਸੀ ਬੜੀ ਮੁਸ਼ਕਲ ਨਾਲ ਅਸੀਂ ਨਦੀ ਦੇ ਬਣੀ ਪੁਲ ਤੇ ਆ ਗਏ ਸਾਂ ਇਸ ਪੁਲੀ ਦੇ ਕੰਧਾਂ ਤਾਂ ਨਹੀਂ ਸਨ ਜਿਵੇਂ ਕਿ ਬਹੁਤ ਸਾਰੇ ਪੁਲਾਂ ਤੇ ਹੁੰਦੀਆਂ ਹਨ ਬਸ 5-5 ਜਾਂ 10-10 ਫੁੱਟ ਦੀ ਦੂਰੀ ਤੇ ਪੱਥਰ ਗੱਡੇ ਹੋਏ ਸਨ ਉਸ ਤੇ ਪੱਥਰਾਂ ਦੀ ਖੜੀ ਚਣਾਈ ਕੀਤੀ ਗਈ ਸੀ ਅਸੀਂ ਜੇ ਸੜਕ ਰਾਹੀਂ ਜਾ ਰਹੇ ਸਾਂ ਉਸ ਨਾਲੇ ਪੁਲੀ ਪੂਰੇ 90 ਦੇ ਕੋਣ ਨਾਲ ਆ ਕੇ ਮਿਲਦੀ ਸੀ ਸੜਕ ਤੋਂ ਪੁਲੇ ਤੇ ਆਉਣ ਲਈ ਤੇਜ ਮੋੜ ਕੱਟਣਾ ਪੈਂਦਾ ਸੀ ਹੁਣ ਹੋਇਆ ਇਹ ਕਿ ਪੂਲੀ ਦੇ ਕਿਨਾਰੇ ਤੇ ਪਹਿਲੇ ਪੱਥਰ ਦੇ ਕੋਲ ਕੋੜਾ ਸਿੱਧਾ ਜਾਣ ਦੀ ਬਜਾਏ ਮੁੜ ਗਿਆ ਅਤੇ ਡਰ ਗਿਆ ਟਾਂਗੇ ਦਾ ਪਹੀਆ ਪੱਥਰ ਨਾਲ ਇੰਨੀ ਜ਼ੋਰ ਨਾਲ ਟਕਰਾਇਆ ਕਿ ਮੈਂ ਉੱਛਲ ਕੇ ਪੂਲੀ ਤੇ ਹੋਈ ਪੱਥਰਾਂ ਦੀ ਚਣਾਈ ਉੱਪਰ ਝੜ ਗਿਆ ਅਤੇ ਕੋੜਾ ਤੇ ਟਾਂਗਾ ਪੂਲੀ ਦੋਹੀ ਠੰਨ ਦੀ ਚ ਜੜ ਗਏ ਮੈਂ ਇੰਨੀ ਜ਼ੋਰ ਨਾਲ ਡਿੱਗਿਆ ਕਿ ਬੇਹੋਸ਼ ਹੋ ਗਿਆ ਸਾਂ ਮਹਾਰਵਾੜਾ ਨਦੀ ਦੇ ਦੂਜੇ ਕਿਨਾਰੇ ਤੇ ਹੀ ਹੈ ਜੋ ਲੋਕ ਸਟੇਸ਼ਨ ਤੇ ਮੇਰਾ ਸਵਾਗਤ ਕਰਨ ਆਏ ਸਨ ਉਹ ਮੇਰੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ ਸਨ ਮੈਨੂੰ ਆਦਮੀਆਂ ਔਰਤਾਂ ਅਤੇ ਬੱਚਿਆਂ ਨੇ ਚੀਕ ਚਾਹੜੇ ਤੇ ਵਿਚਕਾਰ ਚੁੱਕ ਕੇ ਮਹਾਰਵਾੜਾ ਪਹੁੰਚਾਇਆ ਗਿਆ ਸੀ ਮੈਨੂੰ ਕਾਫੀ ਸੱਟਾਂ ਲੱਗੀਆਂ ਸਨ ਮੇਰੀ ਲੱਤ ਦੀ ਹਾਡੀ ਟੁੱਟ ਗਈ ਅਤੇ ਮੈਂ ਕਈ ਦਿਨ ਤੱਕ ਚੱਲਣ ਫਿਰਨ ਦੇ ਯੋਗ ਵੀ ਨਹੀਂ ਰਿਹਾ ਸਾਂ ਮੇਰੇ ਸਾਹਮਣੇ ਵਿੱਚ ਨਹੀਂ ਆ ਰਿਹਾ ਸੀ ਕਿ ਇਹ ਸਭ ਕਿਸ ਤਰ੍ਹਾਂ ਹੋਇਆ ਟਾਂਗੇ ਦਾ ਉਸ ਕੁੜੀ ਤੇ ਦਿਨ ਰਾਤ ਕਈ ਵਾਰ ਆਉਂਦੇ ਜਾਂਦੇ ਸਨ ਅਤੇ ਕਦੇ ਅਜਿਹਾ ਨਹੀਂ ਹੋਇਆ ਸੀ ਕਿ ਕੋਈ ਟਾਂਗੇ ਵਾਲਾ ਟਾਂਗੇਰੂ ਨਕੋੜਤਾ ਨਾਲ ਕੁਲੀ ਤੇ ਪਾਰ ਨਾ ਲੈ ਕੇ ਜਾ ਸਕਿਆ ਹੋਵੇ ਪੁੱਛਗਿਚ ਕਰਨ ਤੋਂ ਬਾਅਦ ਮੈਨੂੰ ਅਸਲੀ ਗੱਲ ਦਾ ਪਤਾ ਚੱਲਿਆ ਰੇਲਵੇ ਸਟੇਸ਼ਨ ਤੇ ਜਿਹੜੀ ਦੇਰ ਹੋਈ ਸੀ ਉਸ ਦੀ ਵਜ੍ਹਾ ਇਹ ਸੀ ਕਿ ਕੋਈ ਵੀ ਟਾਂਗੇ ਵਾਲਾ ਆਪਣੇ ਟਾਂਗੇ ਵਿੱਚ ਕਿਸੇ ਅਛੂਤ ਸਵਾਰੀ ਨੂੰ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਹੋ ਰਿਹਾ ਉਹ ਉਹਨਾਂ ਦੀ ਮਾਨ ਮਰਿਆਦਾ ਦੇ ਵਿਰੁੱਧ ਸੀ ਦੂਜੇ ਪਾਸੇ ਮਹਾਰਾ ਨੂੰ ਇਹ ਸਹਿਣ ਨਹੀਂ ਹੋ ਰਿਹਾ ਸੀ ਕਿ ਮੈਂ ਪੈਦਲ ਵਾਸਤੇ ਤੱਕ ਜਾਵਾਂ ਉਹਨਾਂ ਦੇ ਹਿਸਾਬ ਨਾਲ ਇਹ ਮੇਰੀ ਸ਼ਾਨ ਦੇ ਖਿਲਾਫ ਸੀ ਇਸ ਲਈ ਵਿਚਾਰ ਦਾ ਰਾਹ ਕੱਢਿਆ ਗਿਆ ਕਿ ਟਾਂਗੇ ਦਾ ਮਾਲਕ ਟਾਂਗਾ ਦਾ ਕਿਰਾਇਆ ਤਾਂ ਦੇ ਸਕੇਗਾ ਪਰ ਚਲਾਉਣਾ ਖੋਦੀ ਪਵੇਗਾ ਮਹਾਰ ਲੋਕ ਟਾਂਗਾ ਤਾਂ ਲੈ ਸਕਦੇ ਹਨ ਪਰ ਚਲਾਉਣ ਵਾਲਾ ਚਾਲਕ ਉਹਨਾਂ ਨੇ ਆਪ ਹੀ ਲੱਭਣਾ ਸੀ ਉਹਨਾਂ ਨੂੰ ਇਹ ਪ੍ਰਸਤਾਵ ਚੰਗਾ ਲੱਗਾ ਪਰ ਉਹ ਇਹ ਭੁੱਲ ਗਏ ਕਿ ਸਵਾਰੀ ਦੀ ਸੁਰੱਖਿਆ ਉਸ ਦੀ ਸ਼ਾਨ ਬਣਾਉਣ ਨਾਲੋਂ ਬਥੇਰੇ ਮਹੱਤਵਪੂਰਨ ਸੀ ਅਗਰ ਉਹਨਾਂ ਨੇ ਇਹ ਵਿਚਾਰ ਕੀਤਾ ਹੁੰਦਾ ਤਾਂ ਉਹ ਜ਼ਰੂਰ ਸੋਚਦੇ ਕਿ ਕੀ ਉਹਨਾਂ ਨੂੰ ਕੋਈ ਅਜਿਹਾ ਟਾਂਗਾ ਚਾਲਕ ਮਿਲ ਸਕਦਾ ਹੈ ਜੋ ਮੈਨੂੰ ਨਪੌਣ ਦਾ ਨਾਲ ਮੇਰੀ ਮੰਜ਼ਿਲ ਤੱਕ ਪਹੁੰਚਾ ਸਕੇ ਸਚਾਈ ਤਾਂ ਇਹ ਸੀ ਕਿ ਉਹਨਾਂ ਚੋਂ ਕਿਸੇ ਨੂੰ ਵੀ ਟਾਂਗਾ ਚਲਾਉਣਾ ਨਹੀਂ ਸੀ ਆਉਂਦਾ ਕਿਉਂਕਿ ਇਹ ਉਹਨਾਂ ਦਾ ਪੇਸ਼ਾਜਾ ਕਿਤਾ ਨਹੀਂ ਸੀ ਇਸ ਲਈ ਉਹਨਾਂ ਨੇ ਆਪਣੇ ਵਿੱਚੋਂ ਹੀ ਕਿਸੇ ਆਦਮੀ ਨੂੰ ਕਹਿ ਦਿੱਤਾ ਕਿ ਉਹ ਟਾਂਗਾ ਚਲਾਵੇਗਾ ਉਸ ਆਦਮੀ ਨੇ ਲਗਾਂ ਫੜ ਲਈ ਤੇ ਸੋਚਿਆ ਕਿ ਟਾਂਗਾ ਚਲਾਉਣ 'ਚ ਕਠਿਨਾਈ ਹੀ ਕੀ ਹੈ ਪਰ ਜਦੋਂ ਟਾਂਗਾ ਅੱਗੇ ਵਧਣ ਲੱਗਾ ਤਾਂ ਉਸ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਅਤੇ ਉਹ ਇੰਨਾ ਘਬਰਾ ਗਿਆ ਕਿ ਉਹਨੇ ਘੋੜੇ ਨੂੰ ਕਾਬੂ 'ਚ ਰੱਖਣ ਦੀ ਸਾਰੀ ਯਤਨ ਛੱਡ ਦਿੱਤੀ ਮੇਰੀ ਸ਼ਾਨ ਬਚਾਉਣ ਦੇ ਚੱਕਰ 'ਚ 40 ਪੈੰਡ ਦੇ ਮਹਾਰਾ ਨੇ ਮੇਰੀ ਜਾਨ ਨੂੰ ਵੀ ਖਤਰੇ ਵਿੱਚ ਪਾ ਦਿੱਤਾ ਉਸ ਵਕਤ ਮੈਂ ਇਸਰਹ ਹਸੰਗੂ ਜਾਣਿਆ ਸਮਝਿਆ ਕਿ ਇੱਕ Hindu ਟਾਂਗੇ ਵਾਲਾ ਜਿਸ ਦੀ ਹਾਇਸियत ਨੌਕਰ ਚੱਕਰਾਂ ਤੋਂ ਜ਼ਿਆਦਾ ਨਹੀਂ ਹੁੰਦੀ ਇਸ ਤਰ੍ਹਾਂ ਦੀ ਮਾਨ ਮਰਿਆਦਾ ਰੱਖਦਾ ਹੈ ਕਿ ਉਹ ਆਮ ਅਛੂਤਾਂ ਤੋਂ ਆਪਣੇ ਆਪ ਨੂੰ ਉੱਚਾ ਸਮਝਦਾ ਹੈ ਚਾਹੇ ਹੀ ਉਹ ਬੈਰੀਅਰਸਟ ਜਿਹੇ ਕੋਈ ਵੱਡਾ ਆਦਮੀ ਹੀ ਕਿਉਂ ਨਾ ਹੋਵੇ